ਸਟੱਡੀ ਇਨ ਕੈਨੇਡਾ ਐਂਡ ਯੂ ਡੋਂਟ ਨੀਡ ਟੂ ਪੇ ਐਨੀ ਪ੍ਰੋਸੈਸਿੰਗ ਚਾਰਜਿਸ। ਜੀ ਹਾਂ, ਅੱਜ ਇੱਕ ਵੀਜ਼ਾ ਆਇਆ ਸਾਡਾ ਗੁਰਜੋਤ ਦਾ ਚੂੜਚੱਕ ਵਿਲੇਜ ਤੋਂ ਕੈਨੇਡਾ ਦਾ, ਵਿਦਆਊਟ ਪ੍ਰੋਸੈਸਿੰਗ ਚਾਰਜਿਸ। 30 ਤੋਂ 35 ਹਜ਼ਾਰ ਅਸੀਂ ਬੱਚਿਆਂ ਤੋਂ ਨਹੀਂ ਲੈਂਦੇ ਪ੍ਰੋਸੈਸਿੰਗ ਚਾਰਜਿਸ, ਜਿਹੜੇ ਕਿ ਆਮ ਉਹਨਾਂ ਨੂੰ ਦੇਣੇ ਪੈਂਦੇ ਨੇ। ਗੁਰਜੋਤ ਤੋਂ ਪੁੱਛਾਂਗੇ ਉਹਨਾਂ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ। ਗੁਰਜੋਤ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਵੈਨਿਊਰ ਇੰਗਲਿਸ਼? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ। ਪਹਿਲੀ ਗੱਲ, ਫੇਕ ਕੋਈ ਕੰਮ ਨਹੀਂ ਗਾ। ਅੱਜ ਦੇ ਸਮੇਂ 'ਚ ਆਪਾਂ ਨੂੰ ਡਰ ਹੁੰਦਾ ਵੀ ਫੇਕ ਏਜੰਟ ਬਹੁਤ ਨੇ, ਪਰ ਜਗਰਾਉਂ ਆ ਕੇ ਵੈਨਿਊਰ ਇੰਗਲਿਸ਼ 'ਤੇ ਮੈਨੂੰ ਬਹੁਤ ਕੰਫਰਟੇਬਲ ਫੀਲ ਹੋਇਆ। ਐਜ਼ ਆ ਫੈਮਿਲੀ ਵਰਕ ਕਰਦੇ ਆ ਅਤੇ ਟਰਾਂਸਪੇਰੈਂਟ ਕਨਸੈਪਟ ਆ ਇਹਨਾਂ ਸਾਰਾ। ਮੈਂ ਹਰ ਸਟੈਪ ਬਾਏ ਸਟੈਪ ਸਾਰਿਆਂ ਨਾਲ ਗੱਲ ਕਰਦਾ ਰਿਹਾ ਅਤੇ ਵੀਜ਼ੇ ਦੀ ਮੈਨੂੰ ਪੂਰੀ ਅਪਡੇਟ ਰਹੀ। ਸੋ ਫਰੋਮ ਦਾ ਫਸਟ ਸਟੈਪ ਟਿਲ ਐਂਡ ਤੱਕ ਤੁਹਾਨੂੰ ਸਾਰੀ ਪ੍ਰੋਸੈਸਿੰਗ ਹੁੰਦੀ ਰਹੀ, ਕਲੈਰਿਟੀ ਨਾਲ ਕੰਮ ਚੱਲਦਾ ਰਿਹਾ। ਔਰ ਸਾਰਿਆਂ ਨੂੰ ਇਹ ਦੱਸੋ ਕਿ ਕੋਈ ਤੁਹਾਡੇ ਤੋਂ ਪੈਸੇ ਤਾਂ ਨਹੀਂ ਲਿੱਤੇ ਅਸੀਂ ਅਪਲਾਈ ਕਰਨਾ? ਫੀਸ ਚਾਰਜਿਸ, ਕੋਈ ਫੀਸ ਚਾਰਜ ਨਹੀਂ ਕੀਤੀ, ਵਿਦਆਊਟ ਫੀਸ ਆ। ਮੇਰਾ ਵੀਜ਼ਾ ਆਇਆ ਜੀ 1 ਮੰਥ ਦੇ ਅੰਡਰ ਅੰਡਰ। ਵੈਰੀ ਮੈਨੀ ਮੈਨੀ ਕੰਗਰੈਚੁਲੇਸ਼ਨ ਸਰ। ਅਤੇ ਸਾਰਿਆਂ ਨੂੰ, ਜਿਹੜੇ ਵੀ ਸਟੂਡੈਂਟਸ ਆ ਉਹਨਾਂ ਦੇ ਪੇਰੈਂਟਸ ਕੈਨੇਡਾ ਵਾਸਤੇ ਅਪਲਾਈ ਕਰਨਾ ਚਾਹੁੰਦੇ, ਮੈਂ ਕਹੂੰਗਾ ਕੈਨੇਡਾ, ਆਸਟ੍ਰੇਲੀਆ, UK, ਤਿੰਨਾਂ ਕੰਟਰੀਆਂ ਵਾਸਤੇ ਅਸੀਂ ਪ੍ਰੋਸੈਸਿੰਗ ਚਾਰਜਿਸ ਨਹੀਂ ਲੈ ਰਹੇ। ਆਪਣਾ 30 ਤੋਂ 35 ਹਜ਼ਾਰ ਬਚਾਓ ਔਰ ਇੱਕ ਸਾਫ਼ ਸੁਥਰੀ ਕੰਸਲਟੈਂਸੀ ਨਾਲ ਜੁੜੋ ਤਾਂ ਕਿ ਤੁਸੀਂ ਆਪਣੇ ਬਾਹਰ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਸਕੋ। ਯੂ ਕੈਨ ਕਾਲ ਮੀ ਡਾਇਰੈਕਟਲੀ ਐਟ 7973160270। ਸਤਿ ਸ਼੍ਰੀ ਅਕਾਲ। ਥੈਂਕ ਯੂ।